पंजाब विच जिहड़ियां असीं सब्जियां खा रहे हां जी वो बहुत ही मतलब जहर युक्त सब्जियां असीं आप भी खा रहे हैं अपने बच्चों भी बड़े प्यार नाल परोस रहे हैं जहर वाली सब्जियां। तुसी अपने आप उगा रहे हो किसी चीज नूं ते तुसी 100% श्योर हो जी जी ऑर्गेनिक असी रखना है ते केमिकल्स का कोई यूज इत्थे असी नहीं करते हैं जी। जदों तुसी छत उत्ते खेती करते हो या छत उत्ते गार्डन बना लेंदे हो छत अपने आप ठंडी हो जाती है उदे थल्ले वाला रूम ठंडा हो जाता है जी तुहाडी एसी दी कंजम्पशन घटदी है यानी बिजली घट यूज होंदी है ताजी सब्जियां दा स्वाद भी हो रहा है जी ते जदों तुसी आपे उगांदे हो उदी खुशी जिहड़ी नाल ऐड होंदी है ना उहदा कमाल टेस्ट होंदा है। ਤੁਸੀਂ ਕੁਦਰਤ ਨੂੰ ਪਿਆਰ ਕਰਦੇ ਹੋ ਕੁਦਰਤ ਵੀ ਤੁਹਾਨੂੰ ਪਿਆਰ ਕਰ ਪਲਾਸਟਿਕ ਨਾ ਖਰੀਦੋ ਤਾਂ ਜ਼ਿਆਦਾ ਅੱਛਾ ਹੈ ਜੇ ਖਰੀਦਣਾ ਪੈ ਵੀ ਜਾਂਦਾ ਹੈ ਤਾਂ ਉਹਨੂੰ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਯੂਜ਼ ਰੀਸਾਈਕਲ ਕਰਨ ਦੀ ਜਾਂ ਅਪਸਾਈਕਲ ਜਿੱਦਾਂ ਅਸੀਂ ਕਹਿੰਦੇ ਹਾਂ ਉਹਨੂੰ ਯੂਜ਼ ਕਰਨ ਦੀ ਕੋਸ਼ਿਸ਼ ਕਰੋ। ਪੰਜਾਬੀ ਨੈਸ਼ਨਲ ਟੀਵੀ ਦੇਖ ਰਹੇ ਤਮਾਮ ਦਰਸ਼ਕਾਂ ਦਾ ਮੈਂ ਨੀਤਾ ਸਵਾਗਤ ਕਰਦੀ ਹਾਂ ਜੀ। ਦੋਸਤੋ ਜੇ ਕੋਈ ਕੰਮ ਆਪਾਂ ਨਾ ਕਰਨਾ ਹੋਵੇ ਤਾਂ ਸਾਡੇ ਕੋਲ 100 ਤਰ੍ਹਾਂ ਦੇ ਬਹਾਨੇ ਹੁੰਦੇ ਨੇ ਕਿ ਮੇਰੇ ਕੋਲ ਪੈਸਾ ਨਹੀਂ ਹੈ, ਮੇਰੇ ਕੋਲ ਜਗ੍ਹਾ ਨਹੀਂ ਹੈ ਜਾਂ ਮੇਰੇ ਕੋਲ ਵਕਤ ਨਹੀਂ ਹੈ। ਪਰ ਜੇ ਕੰਮ ਕਰਨ ਦੀ ਨੀਅਤ ਹੋਵੇ, ਕੁਛ ਕਰਨ ਦੀ ਇੱਛਾ ਹੋਵੇ ਤਾਂ ਅਸੀਂ ਥੋੜ੍ਹੇ ਜਿਹੇ ਸੀਮਤ ਰਿਸੋਰਸਿਸ ਦੇ ਨਾਲ ਹੀ ਥੋੜ੍ਹੀ ਜਿਹੀ ਜਗ੍ਹਾ ਵਿੱਚ ਹੀ ਬਹੁਤ ਕੁਛ ਕਰਕੇ ਦਿਖਾ ਸਕਦੇ ਹਾਂ। ਅਤੇ ਥੋੜ੍ਹੇ ਜੇ ਆਪਾਂ ਵਕਤ ਵਿੱਚੋਂ ਜੇ ਆਪਾਂ ਸੋਹਣਾ ਜਿਹਾ ਵਕਤ ਕੱਢੀਏ ਨੇਚਰ ਨੂੰ ਸੁਧਾਰਨ ਲਈ, ਕੁਛ ਬਾਗਬਾਨੀ ਵਰਗੇ ਕੰਮਾਂ ਵਿੱਚ ਰੁਝਾਨ ਆਪਾਂ ਵਧਾਉਣ ਲਈ ਕੁਛ ਆਪਣਾ ਯੋਗਦਾਨ ਪਾ ਸਕੀਏ ਤਾਂ ਮੈਨੂੰ ਲੱਗਦਾ ਇਹਦੇ ਨਾਲ ਵੱਧ ਕੇ ਹੋਰ ਕੀ ਹੋ ਸਕਦਾ ਹੈ। ਅੱਜ ਆਪਾਂ ਤੁਹਾਨੂੰ ਅਜਿਹੀ ਹੀ ਪਰਸਨੈਲਿਟੀ ਨਾਲ ਮਿਲਾਉਣ ਜਾ ਰਹੇ ਹਾਂ ਜਿਨ੍ਹਾਂ ਨੇ ਆਪਣੇ ਘਰ ਦੀ ਛੱਤ ਉੱਤੇ ਹੀ ਬਾਗਬਾਨੀ ਕੀਤੀ ਹੋਈ ਹੈ ਜਿਹੜੀ ਕਿ ਬਹੁਤ ਹੀ ਸ਼ਾਨਦਾਰ ਹੈ। ਆਓ ਜੀ ਸਵਾਗਤ ਕਰਦੇ ਹਾਂ ਵੰਦਨਾ ਬਾਲੀ ਜੀ ਦਾ। ਵੰਦਨਾ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਧੰਨਵਾਦ ਨੀਤਾ ਜੀ। ਜੀ ਵੰਦਨਾ ਜੀ, ਤੁਸੀਂ ਜਿਹੜਾ ਰੂਫ ਟੋਪ ਉੱਤੇ ਇਹ ਬਾਗਬਾਨੀ ਕੀਤੀ ਹੋਈ ਹੈ, ਇਹ ਕਿਸ ਤਰ੍ਹਾਂ ਤੁਹਾਡੇ ਮਨ ਵਿੱਚ ਆਇਆ ਅਤੇ ਕਦੋਂ ਤੋਂ ਤੁਸੀਂ ਇਹ ਸਟਾਰਟ ਕੀਤਾ ਹੋਇਆ? ਨੀਤਾ ਜੀ ਦੇਖੋ, ਮੇਰਾ ਵੈਸੇ ਤਾਂ ਬਚਪਨ ਤੋਂ ਹੀ ਮੇਰਾ ਸ਼ੌਕ ਰਿਹਾ ਹੈ, ਨੇਚਰ ਲਵਰ ਰਹੀ ਹਾਂ ਮੈਂ ਸ਼ੁਰੂ ਤੋਂ ਹੀ ਜੀ। ਬਟ ਜੋਬ ਦੇ ਦੌਰਾਨ ਮੈਂ ਜ਼ਿਆਦਾ ਟਾਈਮ ਦੇ ਨਹੀਂ ਪਾਉਂਦੀ ਸੀਗੀ ਆਪਣੇ ਫਲਾਵਰਸ ਨੂੰ ਜਾਂ ਬੂਟਿਆਂ ਨੂੰ। ਅਤੇ ਮੈਂ ਲੰਬਾ ਅਰਸਾ ਇੱਕ ਜਰਨਲਿਸਟ ਦੇ ਤੌਰ 'ਤੇ ਕੰਮ ਕੀਤਾ ਹੈ ਜੀ। ਅਤੇ ਉਸ ਦੌਰਾਨ ਮੈਂ ਜਦੋਂ ਈਕੋ ਫਰੈਂਡਲੀ ਸਟੋਰੀਜ਼ ਕਰਦੀ ਸੀ ਅਤੇ ਮੇਰੇ ਜ਼ਹਿਨ ਵਿੱਚ ਇਹ ਜ਼ਰੂਰ ਬਾਰ ਬਾਰ ਆਉਂਦਾ ਸੀ ਕਿ ਪੰਜਾਬ ਵਿੱਚ ਅਸੀਂ ਸਬਜ਼ੀਆਂ ਖਾ ਰਹੇ ਹਾਂ ਜੀ, ਉਹ ਬਹੁਤ ਹੀ ਮਤਲਬ ਜ਼ਹਿਰ ਯੁਕਤ ਸਬਜ਼ੀਆਂ ਅਸੀਂ ਆਪ ਵੀ ਖਾ ਰਹੇ ਹਾਂ, ਆਪਣੇ ਬੱਚਿਆਂ ਨੂੰ ਵੀ ਬੜੇ ਪਿਆਰ ਨਾਲ ਪਰੋਸ ਰਹੇ ਹਾਂ ਜ਼ਹਿਰ ਵਾਲੀ ਸਬਜ਼ੀਆਂ ਜੀ ਜੀ। ਅਤੇ ਮੇਰੇ ਮਨ 'ਚ ਇਹ ਆਉਂਦਾ ਸੀ ਕਿ ਸੇਫ ਫੂਡ ਬਹੁਤ ਜ਼ਰੂਰੀ ਹੈ ਅਤੇ ਕਿਉਂ ਨਾ ਥੋੜ੍ਹਾ ਬਹੁਤ ਆਪੇ ਉਗਾਉਣ ਦੀ ਕੋਸ਼ਿਸ਼ ਕੀਤਾ ਜਾਵੇ। ਬਿਲਕੁਲ ਔਰਗੈਨਿਕ, ਵੈਸੇ ਤੁਸੀਂ ਬਾਜ਼ਾਰ ਤੋਂ ਲੈਣ ਜਾਓ ਤਾਂ ਬਹੁਤ ਮਹਿੰਗਾ ਹੈ, ਹੈ ਨਾ, ਅਤੇ ਉਹਦੀ ਕੋਈ ਗਾਰੰਟੀ ਵੀ ਨਹੀਂ ਹੈ ਔਰਗੈਨਿਕ ਮਿਲ ਰਿਹਾ ਜਾਂ ਨਹੀਂ ਮਿਲ ਰਿਹਾ ਔਰਗੈਨਿਕ ਦੇ ਨਾਂ 'ਤੇ ਜੀ ਜੀ। ਅਤੇ ਇਹ ਹੈ ਕਿ ਜੇ ਤੁਸੀਂ ਆਪਣੇ ਆਪ ਉਗਾ ਰਹੇ ਹੋ ਕਿਸੇ ਚੀਜ਼ ਨੂੰ ਅਤੇ ਤੁਸੀਂ 100% ਸ਼ਿਓਰ ਹੋ ਜੀ ਜੀ ਕਿ ਤੁਸੀਂ ਔਰਗੈਨਿਕ ਹੀ ਉਗਾਇਆ ਹੈ ਅਤੇ ਸਾਫ਼ ਤਾਜ਼ਾ ਅਤੇ ਔਰਗੈਨਿਕ ਖਾ ਰਹੇ ਹੋ ਜੀ ਜੀ, ਹੈ ਨਾ, ਅਤੇ ਬਿਮਾਰੀਆਂ ਤੋਂ ਆਪਣੇ ਪਰਿਵਾਰ ਨੂੰ ਬਚਾਉਣ ਵਾਸਤੇ ਇਹ ਬਹੁਤ ਜ਼ਿਆਦਾ ਜ਼ਰੂਰੀ ਸੀ ਜੀ। ਬਟ ਮੇਰੇ ਕੋਲ ਜ਼ਿਆਦਾ ਜਗ੍ਹਾ ਨਹੀਂ ਸੀ। ਅੱਛਾ ਜੀ। ਹਾਂ, ਸਬਜ਼ੀਆਂ ਉਗਾਉਣ ਵਾਸਤੇ ਜਗ੍ਹਾ ਨਹੀਂ ਸੀ ਅਤੇ ਮੈਂ ਜਦੋਂ ਸਟੱਡੀ ਕਰ ਰਹੀ ਸੀ ਕਿਸੇ ਸਟੋਰੀ ਵਾਸਤੇ ਅਤੇ ਮੈਨੂੰ ਰੂਫ ਟੋਪ ਕਿਚਨ ਗਾਰਡਨਸ ਬਾਰੇ ਪਤਾ ਚੱਲਿਆ ਅਤੇ ਫਿਰ ਮੈਂ ਹੋਰ ਰਿਸਰਚ ਕੀਤੀ ਅਤੇ ਮੈਂ ਇਹ ਆਪਣਾ ਗਾਰਡਨ ਬਣਵਾਇਆ ਜੀ। ਅਤੇ ਹਾਲੇ ਤਾਂ ਮੈਨੂੰ 2.5-3 ਸਾਲ ਹੋਏ ਨੇ ਕਰਦੇ ਹੋਏ, ਲੇਕਿਨ ਮੈਂ ਬਹੁਤ ਇੰਜੋਏ ਕਰ ਰਹੀ ਹਾਂ ਅਤੇ ਇਸ ਕਰਕੇ ਹੀ ਮੈਂ ਲੋਕਾਂ ਨੂੰ ਹੋਰ ਪ੍ਰੇਰਿਤ ਕਰਨ ਵਾਸਤੇ ਹੀ ਆਪਣੀ ਜੋਬ ਛੱਡ ਕੇ ਹੁਣ ਆਪਣਾ ਬਿਜ਼ਨਸ ਵੀ ਸ਼ੁਰੂ ਕੀਤਾ ਹੈ। ਅੱਛਾ ਜੀ। ਅਤੇ ਰੂਫ ਟੋਪ ਕਿਚਨ ਗਾਰਡਨ ਜੀ ਜੀ, ਅਤੇ ਇਹ ਜਿਹੜਾ ਬਾਗਬਾਨੀ ਵਾਲਾ ਕੰਮ ਤੁਸੀਂ ਸ਼ੁਰੂ ਕੀਤਾ ਹੈ ਆਪਣੀ ਰੂਫ ਟੋਪ ਉੱਤੇ, ਤੁਸੀਂ ਇਹਦੇ ਲਈ ਕੀ ਟੈਕਨੀਕਸ ਯੂਜ਼ ਕਰਦੇ ਹੋ? ਇਹਦੇ 'ਚ ਅਸੀਂ ਟੋਟਲੀ ਔਰਗੈਨਿਕ ਸਬਜ਼ੀਆਂ ਉਗਾਉਂਦੇ ਹਾਂ, ਸੋਇਲਲੈਸ ਮੀਡੀਅਮ ਵਿੱਚ ਉਗਾਉਂਦੇ ਹਾਂ ਜੀ। ਇਹ ਕੋਈ ਹਾਈਡ੍ਰੋਪੋਨਿਕਸ ਜਾਂ ਇਸ ਤਰ੍ਹਾਂ ਦਾ ਕੁਛ ਨਹੀਂ ਹੈ, ਆਮ ਜਿੱਦਾਂ ਖੇਤੀ ਹੁੰਦੀ ਹੈ ਉਸ ਤਰ੍ਹਾਂ ਦੀ ਹੀ ਖੇਤੀ ਹੈ। ਬਸ ਇਹ ਹੈ ਕਿ ਤੁਸੀਂ ਉਹਨੂੰ ਥੋੜ੍ਹਾ ਜਿਹਾ ਸਾਇੰਟੀਫਿਕਲੀ ਤੁਸੀਂ ਸੋਫਿਸਟੀਕੇਟ ਕਰ ਦਿੱਤਾ ਹੈ, ਆਪਣੀ ਛੱਤ ਉੱਤੇ ਲੈ ਕੇ ਆਏ ਹੋ ਇੱਕ ਪੂਰੇ ਖੇਤ ਨੂੰ, ਤੁਸੀਂ ਕਹਿ ਸਕਦੇ ਹੋ ਖੇਤ ਆਪਣੀ ਛੱਤ ਉੱਤੇ ਬਣਾਉਣ ਦਾ ਇੱਕ ਆਸਾਨ ਤਰੀਕਾ ਅਸੀਂ ਲੱਭ ਲਿਆ ਅਤੇ ਉਹੀ ਅਸੀਂ ਕਰ ਰਹੇ ਹਾਂ।
जी, तो तुसी इहदे विच कोई खादां या कोई जिहड़े हुंदे कैमिकल्स फर्टिलाइजर्स किद्दां करदे हो मैन्योरिंग वगैरह दी? नीता जी देखो, ऑरगैनिक असी रखना है ते केमिकल्स दा कोई यूज इत्थे असी नहीं करदे हां जी, बिल्कुल भी कोई केमिकल नहीं यूज करदे। लेकिन असी जिहड़ा मीडियम बनाने हां ओह सॉइललेस मीडियम है। सॉइललेस भी क्यों है? क्योंकि किथे दी भी मिट्टी दा सानू भरोसा नहीं है कि किथे इंसान ऑलरेडी किन्ना की केमिकल पा चुका है, किन्ना की प्रदूषित कर चुका है जी, जी। है ना, उस करके ही असी सॉइललेस मीडियम रखा है। तो ये मीडियम बनाने वास्ते असी कोकोपीट यूज करते हैं, अपने घर में कंपोस्टिंग जी असी करते हैं, किचन वेस्ट नू कंपोस्ट करके ओदी जी खाद बनती है वह भी विच पैंदी है। होर भी न्यूट्रिटिव चीज़ा असी बनाने पाने हैं, ये वर्मी कंपोस्ट वगैरह पा के एक वधिया मीडियम तैयार करते हैं, उहदे विच असी बूटे लगाने हैं जी जी, ते बहुत वधिया अपनी सब्जियां तैयार करते हैं जी जी। मेरे ख्याल नाल जिहड़ी घर बैठिया साडियां सुहाणियां ने, जिहड़ियां हाउस होल्ड लेडीज़ ने, आम तौर पर उन्हां दे मन च हुंदा कि असी वातावरण नूं संभालण लई की योगदान दे सकते हैं, है ना, ते तुहाडे राहीं असी सारी जिहड़ी आवाम है, जिहड़ियां हाउस होल्ड लेडीज़ ने, उन्हां नूं सुनेहा पहुँचा सकते हैं कि घर च रह के ही वो वेस्ट नूं किवें मैनेजमेंट कर सकते हैं, ना कि जिहड़ी किचन दा कोई वेस्ट हुंदा है। दर्शकों को दसो कि किवें मैनेज किया जा सकता है किचन वाला वेस्ट। बिल्कुल, मैं तो नीता जी ये कहांगी कि जिहड़ियां ग्रहणियां ने जी, जिहड़ियां घर विच लेडीज़ ने या ईवन वर्किंग भी ने, ते वो अपनी एक आदत बना लैन कि जिहड़ा भी गिला वेस्ट है, जो भी गिला वेस्ट है तुसी अपनी किचन तो डेली छिलके तुहाडे निकल रहे ने, कदे प्याज छिल रहे हो, आलू छिल रहे हो, कुछ भी चीज़ तुसी यूज करते हो किचन वेस्ट जिहड़ा है, उहनूं तुसी कंपोस्ट करो। एक तो तुहाडा जिहड़ा वेस्ट है वह यूज़ हो के तुहाडे फ्लावर्स वास्ते प्लांट्स वास्ते यूज़ हो जाएगा, ते नाल ही तुहाडे पौधे बहुत प्रफुल्लित होंगे, बहुत वधिया उगनगे, एंड तुहानू बहुत वधिया सब्जियां मिलनगियां। ये सारा कुछ तुस एक ग्रहणी जिहड़ी कर सकदी है वह हर कोई नहीं कर सकता जी, ये भी जिम्मेदारी लेडीज़ की ज़्यादा मैं मानती हूँ कि आती है जी, जी। ते वही अपने बच्चों को सिखा भी सकती हैं जी। बिल्कुल, जिन्हें भी दुनिया के सब तो वड्डे वड्डे ते औखे काम ने, मैं लगता है एक ग्रहणी एक ऑर्गेनिज्म ही आए हैं जी जी। मैम तुसी जिहड़ा ये रूफटॉप उत्ते बागबानी कीती हुई है उहदे विच की बीजिया है? इहदे विच कोई फल ने, सब्जियां ने, या कोई फुलां दा जिहड़ा हैगा तुसी ज़्यादा बागबानी ते जोर दिता है, की चीज़ां हैगियां ने? नीता जी, छत उत्ते जिहड़ी मैं बागबानी कीती है उहदे विच मेनली मैं सब्जियां उगाइयां ने जी। सब्जियां दा ये है कि छत उत्ते पूरी धुप उहनां नूं मिलदी है जी, ते छत वैसे तुसी देखो कि मैक्सिमम लोकां दीआं छतां खाली पईआं ने जी, बिल्कुल बिल्कुल यूज नहीं करदे असीं जी, ते छतां तपदीआं किन्नीआं ने बिल्कुल। जे जदों तुसीं छत उत्ते खेती करदे हो या छत उत्ते गार्डन बना लैंदे हो, छत अपने आप ठंडी हो जाती है, उहदे थल्ले वाला रूम ठंडा हो जांदा है जी, तुहाडी एसी दी कंजम्पशन घटदी है, यानी बिजली घट यूज होंदी है, उस नाल तुहाडा कार्बन फुटप्रिंट जिहड़ा है तुसी एनवायरमेंट च घट छड्डदे हो, है ना जी जी, बिल्कुल। ते उस नाल भी तुहाडे एनवायरमेंट नूं फेर फायदा हुंदा है, बिल्कुल बिल्कुल फायदा हुंदा है। इक ईको फ्रेंडली सिस्टम है ये, ते छत उत्ते जदों असीं उगा रहे हां ये सब्जियां, कोई बहुत घट लोकी उत्ते जाणगे, डिस्टर्बेंस घट है, तुहानूं ये डर नहीं कोई कुत्ता वड़ गया या कोई गां वड़ गई, है ना, वो डर भी तुहाडा खत्म है। छत उत्ते इक ये भी फायदा है कि उत्ते तुहाडी जिहड़े कीट पतंगे ने उह घट आउंदे आ छत उत्ते। आले दुआले जिहड़ियां तुहाडी झाड़ियां ने बाहर, जे तुसीं किसे खेत चलांदे हो या ज़्यादा तुहाडे खरपतवार उगदे ने, ज़्यादा कीट पतंगे आउंदे ने जी, उह सब्जियां नूं खराब करदे, छत उत्ते ये सारा कुछ घट हो जाता है जी, जी, जी। छत ते तुहाडी धुप सब तो वधिया मिलदी है सब्जियां नूं, बिल्कुल जिहड़ी उहनां वास्ते वधिया है जी जी जी, इस करके छत उत्ते जी। हाँ, ये तुसी बहुत सोहनी गल की है कि कार्बन जड़ा है बहुत घट जा रहा है, तो ग्लोबल वार्मिंग नूं घट करन च तुहाडा जड़ा तुसी बगीचा बाग बगीचा लगाया है बहुत ही अच्छा योगदान दे रहा है। बहुत अच्छी गल है कि तुहाडी छतां जड़ियां ने ठंडियां हो जांदियां ने जी, बिल्कुल जी। नीता जी, असी कंक्रीट जंगल तां बना लए ने जी जी, असी वापस हरियाली जंगलां उहनां कंक्रीट जंगलां दे उत्ते वापस हरियाली लियाण वास्ते इह काम जरूर करना है जी जी। कुछ भी तुसी रखो मतलब फुल बूटे छत उत्ते उगाओ, जे सब्जियां उगाओ तो सब तो ही वधिया है जी, बिल्कुल बिल्कुल। अच्छा वंदना जी, तुसी दिन विच किन्ना क टाइम इहदे लई कढ लैंदे हो ते किवें मैनेज करदे हो, क्योंकि घर विच तुसी अपनी फैमिली नूं भी लुक आफ्टर करना है एंड किचन दा कम भी संभालना हुंदा है, ते होर भी हाउस होल्ड काफ़ी चोर्स हुंदे ना, ते तुसी किवें मैनेज करदे हो टाइम नूं?
अनीता जी देखो जदों चाह होंदी है तो राह अपने आप निकल आती है। सही गल है। तो मैं जदों तुसी कुछ उगान लगते हो तुहाडा शौक इन्ना कि वध जांदा है कि तुसी उठदे सार तुहाडी रूह पहला उत्ते छत उत्ते दौड़न नूं करदी है। जी जी बिल्कुल। तो मैं सवेरे अपना टाइम ज़्यादा स्पेंड करती हूँ, सवेरे उठ के अपनी एक्सरसाइज भी हो जाती है। बिल्कुल। ते नाल ही बूटियां नूं पानी दे के उन्हां नाल थोड़ा टाइम स्पेंड करके बहुत ही मन नूं सुकून मिलदा है ना। सुकून बिल्कुल रूहानियत तुसीं महसूस करदे हो उस वेले। ते फ्रेश ऑक्सीजन बूटियां तो मिलदी है तुहानूं। जी जी। ते ए सारा कुछ बहुत फायदेमंद है, स्ट्रेस रिलीव होंदा है, फ्लावर्स दी एंड प्लांट्स दी तुसीं देखभाल कर सकदे हो। जी जी। सब्जियां तुहानूं फ्रेश मिल रहियां ने, की सवेरे बनाना है तुसीं ਉਤੋਂ ਤੋੜ ਕੇ ਆਪਣੇ ਬਗੀਚੇ ਵਿੱਚ ਜਾਓ ਤੇ ਉੱਥੋਂ ਹੀ ਦੇਖੋ ਕਿ ਕੀ ਬਣਾ ਅੱਜ। ਫਰੋਮ ਦ ਰੂਫ ਟੂ ਯੋਰ ਕਿਚਨ। ਐਗਜ਼ੈਕਟਲੀ ਡਾਇਰੈਕਟ। ਆਲ ਦੈਟ ਇਹ ਸਾਰਾ ਕੁਝ ਤੁਹਾਡਾ ਬਹੁਤ ਫਾਇਦੇਮੰਦ ਤੁਹਾਨੂੰ ਲੱਗਣ ਲੱਗ ਜਾਂਦਾ ਹੈ। ਜੀ ਜੀ। ਤੇ ਪਾਣੀ ਦੀ ਜੇ ਅਸੀਂ ਗੱਲ ਕਰੀਏ ਕਿ ਟਾਈਮ ਬਚਾਉਣ ਵਾਸਤੇ ਅਸੀਂ ਡ੍ਰਿਪ ਇਰੀਗੇਸ਼ਨ ਸਿਸਟਮ ਜਿਹੜਾ ਲਗਾਇਆ ਉਹ ਤੁਸੀਂ ਸਿਰਫ ਇੱਕ ਬਟਨ ਔਨ ਕਰਨਾ ਹੁੰਦਾ ਤੇ ਪੂਰੇ ਸਾਰੇ ਬੂਟਿਆਂ ਨੂੰ ਪਾਣੀ ਆਟੋਮੈਟਿਕਲੀ ਮੋਟਰ ਰਾਹੀਂ ਚਲਾ ਜਾਂਦਾ ਹੈ। ਉਹਦੇ ਨਾਲ ਪਾਣੀ ਬਚਦਾ ਵੀ ਹੈ ਤੇ ਤੁਸੀਂ ਟਾਈਮ ਵੀ ਬਚਾ ਸਕਦੇ ਹੋ ਆਪਣਾ। ਜੀ। ਅੱਛਾ ਮੈਨੂੰ ਇਹ ਦੱਸੋ ਕਿ ਜਿਹੜੀਆਂ ਤੁਸੀਂ ਇਹ ਸਬਜ਼ੀਆਂ ਲਗਾਈਆਂ ਨੇ ਜਾਂ ਫਲ ਜਾਂ ਕੁਛ ਵੀ ਜਿਹੜੀ ਬਾਗਬਾਨੀ ਕੀਤੀ ਹੋਈ ਹੈ ਛੱਤ ਉੱਤੇ ਰੂਫ ਟੋਪ ਉੱਤੇ, ਉਹਦੇ ਲਈ ਮੈਨੂੰ ਇਹ ਦੱਸੋ ਕਿ ਕੀ ਉਹ ਛਮਾਹੀ ਨੇ ਜਾਂ ਉਹ ਪੂਰੇ ਸਦਾਬਹਾਰ ਰਹਿੰਦੇ ਨੇ, ਹੈ ਨਾ, 12 ਮਹੀਨੇ ਰਹਿੰਦੇ ਨੇ, ਇਹ ਕਿਸ ਤਰ੍ਹਾਂ ਹੈਗਾ? ਸਾਰੇ ਦੇ ਸਾਰੇ ਜਿਹੜੇ ਸਬਜ਼ੀਆਂ ਨੇ ਜਾਂ ਜਿਹੜੇ ਵੀ ਫਲ ਨੇ ਜਾਂ ਬੂਟੇ ਨੇ, ਹੈ ਨਾ, ਸਦਾਬਹਾਰ ਰਹਿੰਦੇ ਨੇ ਜਾਂ ਕਿਵੇਂ? ਨੀਤਾ ਜੀ, ਇਹ ਜਿਹੜੀਆਂ ਸਬਜ਼ੀਆਂ ਅਸੀਂ ਲਗਾਉਂਦੇ ਹਾਂ ਇਹ ਸੀਜ਼ਨਲ ਸਬਜ਼ੀਆਂ ਹੁੰਦੀਆਂ। ਅੱਛਾ ਜੀ। ਮਤਲਬ 4 ਕੁ ਮਹੀਨੇ ਦਾ ਇਹਨਾਂ ਦਾ ਸਾਈਕਲ ਹੁੰਦਾ ਹੈ। ਜੀ ਜੀ। ਅਤੇ ਇੱਕ ਸਬਜ਼ੀ ਦਾ ਸਾਈਕਲ ਜਦੋਂ ਖਤਮ ਹੋ ਜਾਂਦਾ, ਇੱਕ ਸੀਜ਼ਨ ਖਤਮ ਹੋ ਜਾਂਦਾ, ਉਹਦੇ ਬਾਅਦ ਦੂਜੇ ਸੀਜ਼ਨ ਦੀ ਸਬਜ਼ੀ ਲੱਗ ਜਾਂਦੀ ਹੈ। ਅੱਛਾ। ਜਿੱਦਾਂ ਤੁਸੀਂ ਗਰਮੀਆਂ 'ਚ ਤੁਸੀਂ ਮੇਰੇ ਘਰ ਆਓਗੇ ਤਾਂ ਤੁਹਾਨੂੰ ਘੀਆ, ਤੋਰੀ, ਕੱਦੂ ਇਹ ਸਾਰਾ ਕੁਝ ਮਿਲੇਗਾ। ਜੀ ਜੀ। ਠੀਕ ਹੈ। ਜੇ ਸਰਦੀਆਂ 'ਚ ਆਓਗੇ ਤਾਂ ਤੁਹਾਨੂੰ ਅਸੀਂ ਗੋਭੀ ਖਿਲਾਵਾਂਗੇ, ਲੈਟਸ ਖਵਾਵਾਂਗੇ ਆਪਣੇ ਗਾਰਡਨ ਦਾ। ਜੀ ਜੀ। ਅਤੇ ਪਾਲਕ, ਮੇਥੀ, ਸਰਸੋਂ ਇਹ ਸਾਰੀਆਂ ਚੀਜ਼ਾਂ ਮਿਲਣਗੀਆਂ। ਜੀ ਜੀ। ਅਤੇ ਇਹ ਸਾਰਾ ਕੁਝ ਸੀਜ਼ਨਲ ਹੀ ਉਗਾਉਂਦੇ ਹਾਂ ਅਸੀਂ। ਜੀ ਜੀ ਜੀ। ਅਤੇ ਘਰ ਦੀ ਬਾਗਬਾਨੀ ਅਤੇ ਤਾਜ਼ੀ ਜਿਹੜੀ ਸਬਜ਼ੀ ਹੈ ਨਾ ਉਹਦਾ ਤਾਂ ਮਜ਼ਾ ਹੀ ਕੁਛ ਹੋਰ ਹੁੰਦਾ ਹੈ। ਜੀ ਬਿਲਕੁਲ ਬਿਲਕੁਲ ਠੀਕ ਕਿਹਾ ਤੁਸੀਂ। ਇਹ ਤਾਜ਼ੀ ਸਬਜ਼ੀਆਂ ਦਾ ਸਵਾਦ ਵੀ ਹੋਰ ਹੈ ਜੀ, ਤੇ ਜਦੋਂ ਤੁਸੀਂ ਆਪੇ ਉਗਾਉਂਦੇ ਹੋ ਉਹਦੀ ਖੁਸ਼ੀ ਜਿਹੜੀ ਨਾਲ ਐਡ ਹੁੰਦੀ ਹੈ ਨਾ, ਉਹਦਾ ਕਮਾਲ ਟੇਸਟ ਹੁੰਦਾ ਹੈ। ਜੀ ਜੀ। ਉਹਦਾ ਮਜ਼ਾ ਹੀ ਹੋਰ ਹੁੰਦਾ। ਜੀ ਜੀ। ਸਵਾਦ ਦੁੱਗਣਾ ਹੋ ਜਾਂਦਾ ਜੀ। ਬਿਲਕੁਲ ਜੀ। ਅਵੰਨਾ ਜੀ, ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ। ਅੱਛਾ ਵੰਦਨਾ ਜੀ, ਅੱਜ ਕੱਲ੍ਹ ਬਹੁਤ ਹੀ ਲੋਕ ਫਲੈਟ ਸਿਸਟਮ ਨੂੰ ਫੋਲੋ ਕਰਦੇ ਨੇ, ਅੱਜ ਕੱਲ੍ਹ ਅਪਾਰਟਮੈਂਟਸ ਫਲੈਟਸ ਵਿੱਚ ਰਹਿੰਦੇ ਨੇ, ਅਤੇ ਉਹਨਾਂ ਦੀ ਅਕਸਰ ਇਹ ਸ਼ਿਕਾਇਤ ਰਹਿੰਦੀ ਹੈ ਕਿ ਸਾਡੇ ਕੋਲ ਜਗ੍ਹਾ ਦੀ ਬਹੁਤ ਥੋੜ ਰਹਿੰਦੀ ਹੈ, ਕਮੀ ਰਹਿੰਦੀ ਹੈ, ਅਤੇ ਅਸੀਂ ਜਿਹੜੇ ਬਾਗਬਾਨੀ ਜਿਹੜੀ ਹੈਗੀ ਆ, ਬਾਗ ਬਗੀਚਾ, ਗਮਲੇ ਕਿੱਥੇ ਲਾਈਏ, ਹੈ ਨਾ? ਅਤੇ ਕੁਛ ਅੱਜ ਕੱਲ੍ਹ ਟ੍ਰੈਂਡ ਵਿੱਚ ਹੈਗਾ ਕਿ ਜਿਹੜੇ ਹੁੰਦੇ ਨਾ ਵਰਟੀਕਲ ਗਾਰਡਨ ਹੋ ਗਏ, ਅਤੇ ਜਿਹੜਾ ਵਾਲ 'ਤੇ ਹੁੰਦਾ ਬੂਟੇ ਵਗੈਰਾ ਲਗਾਉਣੇ, ਉਹ ਸਾਰੀਆਂ ਚੀਜ਼ਾਂ ਕੀ ਨੇ? ਜੀ ਬਿਲਕੁਲ। ਅੱਜ ਕੱਲ੍ਹ ਬਹੁਤ ਸਾਰੇ ਲੋਕ ਫਲੈਟਸ ਵਿੱਚ ਰਹਿੰਦੇ ਨੇ ਅਤੇ ਉਹਨਾਂ ਵਾਸਤੇ ਅਸੀਂ ਉਹਨਾਂ ਨੂੰ ਗ੍ਰੀਨ ਵਾਲਸ ਬਣਾ ਕੇ ਦੇ ਸਕਦੇ ਹਾਂ ਜੀ। ਗ੍ਰੀਨ ਵਾਲਸ ਵੀ ਟ੍ਰੈਂਡ 'ਚ ਹੈ ਅਤੇ ਗ੍ਰੀਨ ਬਿਲਬੋਰਡਸ ਵੀ ਟ੍ਰੈਂਡ ਵਿੱਚ ਹੈਗੇ, ਅਤੇ ਈਵਨ ਵੈਜੀਟੇਬਲ ਗਾਰਡਨ ਜੇ ਉਹ ਬਣਾਉਣਾ ਚਾਹੁੰਦੇ ਨੇ ਅਤੇ ਉਹਨਾਂ ਕੋਲ ਬਾਲਕਨੀ ਹੈ ਜਿੱਥੇ 3 ਤੋਂ 4 ਘੰਟੇ ਦੀ ਵੀ ਧੁੱਪ ਆਉਂਦੀ ਹੈ ਜੇ, ਅਤੇ ਉੱਥੇ ਉਹ ਆਪਣੀ ਲੀਫੀ ਵੈਜੀਟੇਬਲਸ ਘੱਟੋ ਘੱਟ ਉਗਾ ਸਕਦੇ ਨੇ, ਜਿੱਦਾਂ ਪਾਲਕ, ਮੇਥੀ, ਧਨੀਆ, ਪੁਦੀਨਾ, ਇਹ ਸਾਰਾ ਕੁਛ ਉਹ ਆਪਣੀ ਬਾਲਕਨੀ 'ਚ ਉਗਾ ਸਕਦੇ ਨੇ ਵਰਟੀਕਲੀ। ਜੀ ਜੀ। ਮਤਲਬ ਇਹ ਜ਼ਰੂਰੀ ਨਹੀਂ ਹੈ ਕਿ ਉਹਨਾਂ ਕੋਲ ਬਹੁਤ ਵੱਡੀ ਬਾਲਕਨੀ ਹੋਏ, ਜੇ ਦੀਵਾਰ ਦੇ ਨਾਲ ਨਾਲ ਵੀ ਅਸੀਂ ਉਹਨਾਂ ਨੂੰ ਵਰਟੀਕਲ ਗਾਰਡਨ ਬਣਾ ਕੇ ਦੇ ਸਕਦੇ ਹਾਂ। ਅਤੇ ਇਸ ਤਰ੍ਹਾਂ ਦੇ ਗਾਰਡਨਸ ਅੱਜ ਕੱਲ੍ਹ ਕਾਫੀ ਟ੍ਰੈਂਡ ਵਿੱਚ ਨੇ, ਅਤੇ ਜਿੱਦਾਂ ਜਿੱਦਾਂ ਕਹਿੰਦੇ ਨੇ ਨਾ ਕਿ ਜ਼ਰੂਰਤ ਜਦੋਂ ਪੈਂਦੀ ਹੈ ਅਤੇ ਅਵਿਸ਼ਕਾਰ ਵੀ ਉਸ ਹਿਸਾਬ ਨਾਲ ਹੋ ਜਾਂਦੇ ਨੇ, ਅਤੇ ਉਸ ਤਰ੍ਹਾਂ ਦੇ ਅਵਿਸ਼ਕਾਰ ਹੋ ਰਹੇ ਨੇ ਜੀ, ਅਸੀਂ ਉਹਨਾਂ ਨੂੰ ਕਰਕੇ ਦਿੰਦੇ ਹਾਂ ਲੋਕਾਂ ਨੂੰ। ਜੀ ਜੀ। ਅੱਛਾ ਮੈਮ, ਅਸੀਂ ਤੁਹਾਡੇ ਨਾ ਬਾਗਬਾਨੀ ਵਿੱਚ ਜਿੰਨੀ ਵੀ ਤੁਸੀਂ ਇਹ ਉਗਾਏ ਹੋਏ ਨੇ ਬੂਟੇ, ਇਹਦੇ ਨਾਲ ਨਾਲ ਇੱਕ ਅਸੀਂ ਹੋਰ ਬਹੁਤ ਹੀ ਇੰਟਰਸਟਿੰਗ ਚੀਜ਼ ਦੇਖੀ ਹੈ, ਅਸੀਂ ਦਰਸ਼ਕਾਂ ਨੂੰ ਉਹ ਵੀ ਦਿਖਾਵਾਂਗੇ ਕਿ ਇਹਦੇ ਵਿੱਚ ਜਿਹੜੀ ਸਾਨੂੰ ਅੱਜ ਕੱਲ੍ਹ ਆਪਾਂ ਦੇਖਦੇ ਹਾਂ ਕਿ ਪੰਛੀ ਬਹੁਤ ਘੱਟ ਦੇਖਦੇ ਹਾਂ, ਚਿੜੀਆਂ ਬਹੁਤ ਘੱਟ ਦੇਖਦੇ ਹਾਂ, ਪੰਛੀਆਂ ਦੇ ਘੌਂਸਲੇ ਵੀ ਬਹੁਤ ਘੱਟ ਦੇਖਦੇ ਹਾਂ, ਅਤੇ ਹੋਰ ਜਿਹੜੇ ਹੈਗੇ ਨਾ ਕਿ ਈਕੋਸਿਸਟਮ ਦੀ ਕਮੀ ਅਸੀਂ ਮਹਿਸੂਸ ਕਰਦੇ ਹਾਂ, ਹੈ ਨਾ? ਅਤੇ ਅਸੀਂ ਉਹ ਦੇਖਿਆ ਕਿ ਤੁਹਾਡੀ ਬਾਗਬਾਨੀ ਦੇ ਨਾਲ ਇਹ ਈਕੋਸਿਸਟਮ ਅਤੇ ਨੈਚੁਰਲ ਹੈਬੀਟੈਟ ਜਿਹੜਾ ਇਹ ਵੀ ਪ੍ਰਫੁੱਲਿਤ ਹੋ ਰਿਹਾ, ਹੈ ਨਾ? ਬਿਲਕੁਲ ਨੀਤਾ ਜੀ, ਜਦੋਂ ਤੁਸੀਂ ਕੁਦਰਤ ਨੂੰ ਪਿਆਰ ਕਰਦੇ ਹੋ, ਕੁਦਰਤ ਵੀ ਤੁਹਾਨੂੰ ਪਿਆਰ ਕਰਦੀ ਹੈ। ਬਿਲਕੁਲ।
ਅਤੇ ਵੈਸੇ ਲੋਕ ਕਹਿੰਦੇ ਨੇ ਕਿ ਛੱਤ ਉੱਤੇ ਜਿਹੜੇ ਪੋਲੀਨੇਟਿੰਗ ਏਜੰਟਸ ਨੇ ਉਹ ਘੱਟ ਆਉਂਦੇ ਨੇ, ਬਟ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਮੇਰੀ ਛੱਤ ਉੱਤੇ ਜਦ ਤੋਂ ਮੈਂ ਸਬਜ਼ੀਆਂ ਲਗਾਈਆਂ ਨੇ ਜਾਂ ਬਾਹਰ ਵੇਲ ਬੂਟੇ ਜਿਹੜੇ ਨੇ ਉਹਨਾਂ 'ਚ ਸਾਡੇ ਕੋਲ ਮਧੂ ਮੱਖੀਆਂ ਦਾ ਛੱਤਾ ਵੀ ਹੈ। ਅੱਛਾ। ਹਾਂ, ਜਿਹੜੀਆਂ ਕਿ ਸਭ ਤੋਂ ਵਧੀਆ ਪੋਲੀਨੇਟਿੰਗ ਏਜੰਟ ਮੰਨੀਆਂ ਜਾਂਦੀਆਂ ਹਨ। ਜੀ ਜੀ ਬਿਲਕੁਲ। ਅਤੇ ਸਬਜ਼ੀਆਂ ਵਾਸਤੇ ਜਾਂ ਕਿਸੇ ਵੀ ਫੁੱਲ ਵਾਸਤੇ ਪੋਲੀਨੇਸ਼ਨ ਤਾਂ ਬਹੁਤ ਜ਼ਰੂਰੀ ਹੁੰਦਾ ਹੈ ਨਾ, ਫਲ ਬਣਨ ਵਾਸਤੇ। ਅਤੇ ਸਾਡੇ ਕੋਲ ਇਸ ਤਰ੍ਹਾਂ ਪੋਲੀਨੇਸ਼ਨ ਵਾਸਤੇ ਵੀ ਹੈਗੇ ਪੋਲੀਨੇਟਿੰਗ ਏਜੰਟਸ, ਅਤੇ ਬਹੁਤ ਸਾਰੇ ਘੋਂਸਲੇ ਛੋਟੀ ਛੋਟੀ ਚਿੜੀਆਂ ਨੇ ਬਣਾਏ ਹੋਏ ਨੇ ਸਾਡੀ ਵੇਲਾਂ 'ਚ, ਪੇੜਾਂ 'ਚ। ਅਤੇ ਜਦੋਂ ਉਹ ਸਾਰੀ ਚਹਿਚਹਾਟ ਜਿਹੜੀ ਹੈ ਨਾ ਚਿੜੀਆਂ ਦੀ, ਪੂਰਾ ਵਾਤਾਵਰਣ ਕਿੰਨਾ ਸੋਹਣਾ ਲੱਗਦਾ ਹੋਵੇਗਾ। ਬਹੁਤ ਹੀ ਸੋਹਣਾ, ਬਹੁਤ ਹੀ ਅੱਛਾ ਲੱਗਦਾ ਹੈ। ਤੁਸੀਂ ਸਵੇਰੇ ਸ਼ਾਮੀ ਜਦੋਂ ਬੈਠਦੇ ਹੋ ਤੇ ਪੂਰੀ ਬਿਲਕੁਲ ਰੌਣਕ, ਮਨ ਨੂੰ ਸਕੂਨ ਦੇਣ ਵਾਲੀ, ਬੜੀ ਸ਼ਾਂਤ ਕਰਨ ਵਾਲੀ। ਜੀ ਜੀ ਬਿਲਕੁਲ। ਉਹ ਨਾ ਕਹਿ ਲਓ ਕਿ ਰੂਟੀਨ ਲਾਈਫ ਦੀ ਜਿਹੜੀ ਸਟ੍ਰੈਸ ਹੈਗੀ ਅੱਜ ਕੱਲ੍ਹ ਹੈ ਨਾ, ਉਹ ਵੀ ਕਿੰਨਾ ਉਹ ਤੋਂ ਰਿਲੀਫ ਮਿਲਦਾ ਹੋਏਗਾ। ਬਿਲਕੁਲ, ਇਹ ਸਾਰਾ ਹੀ ਸਟ੍ਰੈਸ ਰਿਲੀਵਿੰਗ ਹੈ। ਜੀ ਜੀ। ਤੇ ਜਦੋਂ ਤੁਸੀਂ ਪਲਾਂਟਸ ਨਾਲ ਥੋੜਾ ਵੀ ਟਾਈਮ ਸਪੈਂਡ ਕਰਦੇ ਹੋ, ਨੇਚਰ ਕੋਲ ਥੋੜਾ ਥੋੜਾ ਟਾਈਮ ਵੀ ਬੈਠਦੇ ਹੋ, ਬਹੁਤ ਜ਼ਿਆਦਾ ਸਟ੍ਰੈਸ ਰਿਲੀਵਿੰਗ ਹੈ, ਜਿਹੜਾ ਅੱਜ ਕੱਲ੍ਹ ਤੇ ਮਾਹੌਲ 'ਚ ਬਹੁਤ ਜ਼ਿਆਦਾ ਜ਼ਰੂਰੀ ਹੈ। ਹਰ ਜੋਬ ਵਿੱਚ, ਹਰ ਬਿਜ਼ਨਸ ਵਿੱਚ ਬਹੁਤ ਸਟ੍ਰੈਸ ਹੈ। ਈਵਨ ਬੱਚਿਆਂ ਨੂੰ ਸਟੱਡੀਜ਼ ਦਾ ਸਟ੍ਰੈਸ, ਅਤੇ ਮੈਂ ਤਾਂ ਇਹ ਕਹਾਂਗੀ ਕਿ ਬੱਚਿਆਂ ਨੂੰ ਇਹ ਸਿਖਾਉਣਾ ਵੀ ਬਹੁਤ ਜ਼ਰੂਰੀ ਹੈ। ਸਾਰੇ ਸਕੂਲਸ ਨੂੰ ਇਹਨੂੰ ਐਜ਼ ਅ ਸਕਿੱਲ ਵੀ ਡਿਵੈਲਪ ਕਰਨ। ਐਗਜੈਕਟਲੀ। ਖੇਤੀਬਾੜੀ ਜ਼ਰੂਰੀ ਨਹੀਂ ਹੈ ਕਿ ਖੇਤਾਂ 'ਚ ਜਾ ਕੇ ਹੀ ਕਰਨੀ ਹੈ, ਆਪਣੇ ਘਰ ਵਾਸਤੇ ਕਰਨ। ਜਾਂ ਇਹਨੂੰ ਜਿੱਦਾਂ ਮੈਂ ਐਜ਼ ਅ ਬਿਜ਼ਨਸ ਅਪਣਾ ਰਹੀ ਹਾਂ, ਬੱਚੇ ਵੀ ਕਰ ਸਕਦੇ ਹਾਂ, ਅੱਗੇ ਯੂਥ ਅਪਣਾ ਸਕਦਾ ਹੈ, ਐਜ਼ ਅ ਬਿਜ਼ਨਸ ਇਹਨੂੰ ਟੇਕ ਓਵਰ ਕਰ ਸਕਦੇ ਹਾਂ। ਅਤੇ ਅਸੀਂ ਜ਼ਿਆਦਾ ਤੋਂ ਜ਼ਿਆਦਾ ਸਬਜ਼ੀਆਂ ਉਗਾਈਏ, ਅਤੇ ਸੇਫ ਖਾਈਏ, ਔਰਗੈਨਿਕ ਖਾਈਏ, ਲੋਕਾਂ ਨੂੰ ਖਵਾਈਏ, ਮੋਟੀਵੇਟ ਕਰੀਏ, ਇਹੀ ਮੇਰੀ ਇੱਛਾ। ਜੀ ਬਿਲਕੁਲ। ਅੱਛਾ ਮੈਮ, ਤੁਸੀਂ ਗੱਲ ਕੀਤੀ ਹੈ ਕਿ ਇਹਦੇ ਵਿੱਚ ਜਿਹੜੀ ਤੁਸੀਂ ਬਿਜ਼ਨਸ ਸਟਾਰਟ ਕੀਤਾ ਨਾ, ਕਿ ਤੁਸੀਂ ਜਿਹੜੀਆਂ ਵਾਲਸ ਕਹਿ ਰਹੇ ਹੋ ਕਿ ਬਣਾ ਕੇ ਦਿੰਦੇ ਹੋ, ਜਿਹੜੀਆਂ ਹਰੀਆਂ ਭਰੀਆਂ ਵਾਲਸ ਹੋ ਗਈਆਂ, ਕੰਧਾਂ ਕਿੰਨੀਆਂ ਸੋਹਣੀਆਂ ਲੱਗਦੀਆਂ ਹੋਣਗੀਆਂ ਦੇਖਣ ਨੂੰ, ਮਤਲਬ ਮਨ ਨੂੰ ਅਤੇ ਦਿਲ ਨੂੰ ਅਤੇ ਅੱਖਾਂ ਨੂੰ ਹਰ ਤਰ੍ਹਾਂ ਨਾਲ ਸਕੂਨ ਦੇਣ ਵਾਲਾ ਨਜ਼ਾਰਾ ਹੁੰਦਾ ਹੋਏਗਾ। ਅਤੇ ਇਹਦੇ ਵਿੱਚ ਸਾਰਾ ਅਗਰ ਤੁਸੀਂ ਕਹਿ ਰਹੇ ਹੋ ਕਿ ਕਿਸੇ ਨੇ ਲਗਾਉਣਾ ਹੈ, ਤਾਂ ਉਹ ਇਨਵੈਸਟਮੈਂਟ ਕਿੰਨੀ ਕੁ ਰੁਪਏ ਦੀ ਹੈਗੀ ਹੈ? ਦੇਖੋ ਜੀ, ਜੇ ਤਾਂ ਕਿਚਨ ਗਾਰਡਨ ਰੂਫ ਟੋਪ 'ਤੇ ਲਗਾਉਣਾ ਹੈ, ਉਹਦੀ ਵਨ ਟਾਈਮ ਇਨਵੈਸਟਮੈਂਟ ਹੁੰਦੀ ਹੈ 15,000 ਦਾ। ਅਸੀਂ ਇੱਕ ਯੂਨਿਟ ਲਗਾਉਂਦੇ ਹਾਂ ਜਿਹਦੇ 'ਚ ਅਸੀਂ ਪੂਰਾ ਰੈਡੀ ਟੂ ਯੂਜ਼ ਕਿਚਨ ਗਾਰਡਨ ਬਣਾ ਕੇ ਦਿੰਦੇ ਹਾਂ ਤੁਹਾਨੂੰ। ਇੱਕ ਯੂਨਿਟ ਮਤਲਬ 10 ਫੁੱਟ ਬਾਏ 4 ਫੁੱਟ। ਉਹਦੇ 'ਚ ਅਸੀਂ ਤੁਹਾਨੂੰ ਮੀਡੀਅਮ ਵੀ ਦੇਣਾ, ਪੂਰਾ ਪੋਰਟੇਬਲ ਫਾਰਮਿੰਗ ਸਿਸਟਮ ਦੇਣਾ, ਡਰੇਨੇਜ ਸਿਸਟਮ ਦੇਣਾ, ਡ੍ਰਿਪ ਇਰੀਗੇਸ਼ਨ ਸਿਸਟਮ ਦੇਣਾ, ਅਤੇ ਨਾਲ ਹੀ ਕਿੱਦਾਂ, ਕਿਸ ਕਦੋਂ ਕਿਹੜੀ ਚੀਜ਼ ਲਗਾਉਣੀ ਹੈ, ਕਿਸ ਤਰ੍ਹਾਂ ਲਗਾਉਣੀ ਹੈ, ਕਿਸ ਤਰ੍ਹਾਂ ਦੇਖਭਾਲ ਕਰਨੀ ਹੈ, ਸਾਰਾ ਕੁਛ ਅਸੀਂ ਦੱਸਣਾ ਵੀ ਹੈ ਔਨਲਾਈਨ, ਕਰਕੇ ਵੀ ਦੇਣਾ ਹੈ, ਅਤੇ ਸਾਰਾ ਕੁਛ ਇੰਕਲੂਡਿਡ ਹੈ। ਅਤੇ ਉਹ ਬਿਲਕੁਲ ਕੋਸਟ ਟੂ ਕੋਸਟ 15,000 ਮੈਂ ਰੱਖਿਆ ਹੈ ਰੇਟ, ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਇਸ ਵੱਲ ਵਧਣ। ਅਤੇ ਜਿੱਦਾਂ ਗ੍ਰੀਨ ਵਾਲਸ ਦਾ ਤੁਸੀਂ ਪੁੱਛ ਰਹੇ ਹੋ, ਗ੍ਰੀਨ ਵਾਲਸ ਜਾਂ ਗ੍ਰੀਨ ਬਿੱਲ ਬੋਰਡਸ ਜਾਂ ਵਰਟੀਕਲ ਵੈਜੀਟੇਬਲ ਗਾਰਡਨਸ, ਇਹਨਾਂ ਦੀ ਅਪਰੋਕਸੀਮੇਟ ਕੋਸਟ 800 ਤੋਂ 1,000 ਦੇ ਵਿੱਚ ਵਿੱਚ ਆਉਂਦੀ ਹੈ ਪਰ ਸਕੁਆਇਰ ਫੀਟ। ਜੀ ਜੀ। ਤੇ ਜਿੰਨਾ ਏਰੀਆ ਤੁਸੀਂ ਕਵਰ ਕਰਾਉਣਾ ਹੈ ਉਹ ਕਸਟਮਾਈਜ਼ਡ ਰਹਿੰਦਾ ਹੈ, ਮਤਲਬ ਜਿਹਦੀ ਜਿੰਨੀ ਕੀ ਰਿਕੁਆਇਰਮੈਂਟ ਹੈ, ਜਿੰਨੀ ਵੱਡੀ ਦੀਵਾਰ ਹੈ ਜਾਂ ਜਿੰਨੀ ਜਿੱਥੇ ਕਰਨਾ ਅਸੀਂ ਉਹਦੇ ਅਕੋਰਡਿੰਗ ਅਸੀਂ ਕਰਦੇ ਹਾਂ। ਅੱਛਾ ਵੰਦਨਾ ਜੀ, ਅੱਜ ਕੱਲ੍ਹ ਬਹੁਤ ਜ਼ਿਆਦਾ ਸਮੱਸਿਆ ਆ ਰਹੀ ਹੈ ਕਿ ਪਲਾਸਟਿਕ ਜਿਹੜੀ ਵੇਸਟੇਜ ਹੋ ਰਹੀ ਹੈ ਨਾ, ਉਸ ਚੀਜ਼ ਨੂੰ, ਪਲਾਸਟਿਕ ਦੀ ਜਿਹੜੀ ਵੇਸਟੇਜ ਹੈ ਉਹਨੂੰ ਅਸੀਂ ਮੈਨੇਜ ਕਿਵੇਂ ਕਰ ਸਕਦੇ ਹਾਂ? ਅਨੀਤਾ ਜੀ, ਪਲਾਸਟਿਕ ਦੀ ਵੇਸਟੇਜ ਰੋਕਣੀ ਬਹੁਤ ਜ਼ਿਆਦਾ ਜ਼ਰੂਰੀ ਹੈ, ਬਿਕੋਜ਼ ਪਹਿਲਾਂ ਤਾਂ ਤੁਸੀਂ ਘੱਟੋ ਘੱਟ ਯੂਜ਼ ਹੀ ਕਰੋ ਉਹਨੂੰ, ਹੈ ਨਾ, ਸੋਚ ਸਮਝ ਕੇ ਕੁਛ ਵੀ ਖਰੀਦੋ, ਪਲਾਸਟਿਕ ਨਾ ਖਰੀਦੋ ਤਾਂ ਜ਼ਿਆਦਾ ਅੱਛਾ ਹੈ। ਜੇ ਖਰੀਦਣਾ ਪੈ ਵੀ ਜਾਂਦਾ ਹੈ ਤਾਂ ਉਹਨੂੰ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਯੂਜ਼ ਰੀਸਾਈਕਲ ਕਰਨ ਦੀ ਜਾਂ ਅਪਸਾਈਕਲ ਜਿੱਦਾਂ ਅਸੀਂ ਕਹਿੰਦੇ ਹਾਂ ਉਹਨੂੰ ਯੂਜ਼ ਕਰਨ ਦੀ ਕੋਸ਼ਿਸ਼ ਕਰੋ। ਅਤੇ ਉਹ ਤੁਸੀਂ ਪਲਾਂਟਸ ਬਣਾ ਸਕਦੇ ਹੋ, ਆਪਣੀ ਕ੍ਰੀਏਟਿਵਿਟੀ ਕੁਛ ਵੀ ਸ਼ੋਅ ਕਰੋ ਉਹਨੂੰ, ਕ੍ਰੀਏਟਿਵ ਤਰੀਕੇ ਨਾਲ ਸਜਾ ਕੇ ਤੁਸੀਂ ਉਹਦੇ 'ਚ ਵੀ ਬੂਟੇ ਲਗਾ ਸਕਦੇ ਹੋ। ਔਰਨਾਮੈਂਟਲ ਪਲਾਂਟਸ ਵਾਸਤੇ ਤੁਸੀਂ ਉਹਨਾਂ ਨੂੰ ਸਜਾ ਕੇ ਕਰ ਸਕਦੇ ਹੋ, ਜਿੱਦਾਂ ਮੈਂ ਇਹ ਤੁਸੀਂ ਦੇਖ ਸਕ ਰਹੇ ਹੋ, ਡਿੱਬੇ ਯੂਜ਼ ਕਰ ਲਓ, ਬੋਟਲਸ ਯੂਜ਼ ਕਰ ਲਓ, ਅਤੇ ਇਨਡੋਰ ਪਲਾਂਟਸ ਵਾਸਤੇ ਵੀ ਤੁਸੀਂ ਉਹਨਾਂ ਨੂੰ ਯੂਜ਼ ਕਰ ਸਕਦੇ ਹੋ, ਜਿਸ ਨਾਲ ਕਿ ਪਲਾਸਟਿਕ ਡੰਪਸ 'ਤੇ ਜਾਣ ਵਾਸਤੇ ਰੁਕ ਜਾਏਗਾ। ਜੀ ਜੀ। ਅੱਛਾ ਵੰਦਨਾ ਜੀ, ਜਾਂਦੇ ਜਾਂਦੇ ਹੁਣ ਸਾਡੇ ਦਰਸ਼ਕਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਕਿ ਵਾਤਾਵਰਣ ਨੂੰ ਕਿਵੇਂ ਸੰਭਾਲਿਆ ਜਾ ਸਕਦਾ ਹੈ, ਅਤੇ ਅਸੀਂ ਜਿਹੜੀ ਵੇਸਟ ਹੈਗੀ ਆ ਉਹਨੂੰ ਆਪਾਂ ਕਿਵੇਂ ਯੂਟੀਲਾਈਜ਼ ਕਰ ਸਕਦੇ ਹਾਂ? ਦਰਸ਼ਕਾਂ ਨੂੰ ਮੈਂ ਇਹੀ ਕਹਿਣਾ ਚਾਹਾਂਗੀ ਕਿ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਪਲਾਂਟਸ ਲਗਾਓ, ਸੇਫ ਭੋਜਨ ਖਾਣ ਵਾਸਤੇ ਤੁਸੀਂ ਸਬਜ਼ੀਆਂ ਲਗਾਓ, ਔਰਗੈਨਿਕ ਰੱਖੋ,
कोई केमिकल्स यूज ना करो, अपने घर का वेस्ट भी मैनेज करोगे ते नाल ही तुहाडे बूटियां वास्ते तुहानू खाद भी मिल जाएगी। ते ये सारा कुछ करन वास्ते कोई औखा नहीं है, एक हफ्ता लगता है सिर्फ एक आदत बनाने वास्ते। ते तुसी जे कोशिश करोगे तो ते सब कुछ संभव है। ते तुसी ज़्यादा तो ज़्यादा रुख भी असी कहांगे कि रुख तो लगाओ ही तुसी जी, ते लगाने भी चाहिए हैं, बट मौसम दे हिसाब नाल जिदा आजकल बहुत ज़्यादा गर्मी है बट पेड़ असी नहीं लगा सकते इस वेले जी। जे लगाओगे तो तुसी प्रॉपर उन्हां दी देखभाल करो, वो बहुत जरूरी है जी, जी। लगा के एनवायरमेंट डे ते लगा के छड़ देना जी, वो जी। कोई समझदारी नहीं है बिल्कुल। ते तुसी ज़्यादा तो ज़्यादा पेड़ बूटे लगाओ ते उन्हां दी देखभाल करो, बहुत प्यार नाल करो ते वापस नेचर भी तुहानू प्यार करेगी जी। थैंक यू जी। वंदना जी, तुहानू गल करके ना सानू बहुत ही ज़्यादा माण महसूस हो रहा है कि तुसी एक घर विच रहिंदे होए एक गृहिणी होण दे बावजूद भी कुछ बिना एक्स्ट्रा कीते तुसी किन्ना सोहणा अपने घर नू सजाया, अपनी छत नू किवें यूटिलाइज कीता है। तो उम्मीद करते हैं कि देखण वाले साढ़े जिहड़े दर्शक ने बहुत ही ज़्यादा इस तों सीखणगे ते बहुत ही ज़्यादा मैनूं लगदा कि एफर्ट करन दी कोशिश करनगे। तो उम्मीद करते हैं कि ਤੁਹਾਡੀ ਔਰ ਸਾਡੀ ਜਿਹੜੀ ਇਹ ਗੱਲਬਾਤ ਹੈ ਇਸ ਤੋਂ ਉਹ ਜ਼ਰੂਰ ਲਾਹਾ ਲੈਣਗੇ। ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਬਹੁਤ ਚੰਗਾ ਲੱਗਾ ਜੀ। ਥੈਂਕ ਯੂ ਸੋ ਮੱਚ, ਥੈਂਕ ਯੂ ਸੋ ਮੱਚ ਨੀਤਾ ਜੀ। ਮੈਨੂੰ ਵੀ ਬਹੁਤ ਵਧੀਆ ਲੱਗਿਆ ਤੁਸੀਂ ਸਾਡੇ ਘਰ ਆਏ ਅਤੇ ਇਸ ਇੰਟਰਵਿਊ ਵਾਸਤੇ। ਥੈਂਕ ਯੂ ਸੋ ਮੱਚ ਜੀ, ਥੈਂਕਸ। ਦਰਸ਼ਕੋ, ਤੁਸੀਂ ਦੇਖਿਆ ਕਿ ਵੰਨਾ ਜੀ ਨੇ ਬਿਨਾਂ ਕਿਸੇ ਐਕਸਟਰਾ ਐਫਰਟ ਦੇ ਆਪਣੇ ਘਰ ਦੀ ਛੱਤ ਨੂੰ ਹੀ ਕਿਵੇਂ ਯੂਟੀਲਾਈਜ਼ ਕੀਤਾ ਅਤੇ ਘਰ ਵਿੱਚ ਜਿਹੜੇ ਕੋਈ ਖਾਲੀ ਪਲਾਸਟਿਕ ਦੇ ਡੱਬੇ ਸੀ ਜਾਂ ਬੋਟਲ ਸੀ ਉਹਨਾਂ ਨੂੰ ਕਿਵੇਂ ਸੋਹਣੇ ਤਰੀਕੇ ਨਾਲ ਸਜਾਇਆ ਹੈ ਅਤੇ ਇਨਡੋਰ ਪਲਾਂਟਸ ਦੇ ਲਈ ਯੂਜ਼ ਕੀਤਾ ਹੈ। ਅਤੇ ਕਹਿਣ ਦਾ ਮਤਲਬ ਇਹ ਹੈ ਕਿ ਐਫਰਟਲੈਸਲੀ ਅਸੀਂ ਵਾਤਾਵਰਨ ਨੂੰ ਸੰਭਾਲਣ ਵਿੱਚ ਅਤੇ ਜਿਹੜੀ ਵੇਸਟ ਹੈ ਸਾਡੀ ਉਹਨੂੰ ਮੈਨੇਜ ਕਰਨ ਲਈ ਬਹੁਤ ਵਡਮੁੱਲਾ ਯੋਗਦਾਨ ਦੇ ਸਕਦੇ ਹਾਂ। ਬਸ ਲੋੜ ਹੈ ਥੋੜ੍ਹੀ ਜਿਹੀ ਅਵੇਅਰਨੈਸ ਦੀ, ਥੋੜ੍ਹਾ ਜਿਹਾ ਇਨੀਸ਼ੀਏਟਿਵ ਲੈਣ ਦੀ, ਅਤੇ ਅਸੀਂ ਵਾਤਾਵਰਨ ਨੂੰ ਸੰਭਾਲ ਲਈਏ। ਹਜੇ ਵੀ ਵੇਲਾ ਹੈ। ਸ਼ੁਕਰੀਆ ਜੀ।